ਜੀ ਸਾਰਿਆਂ ਨੂੰ ਮੈਂ ਧਰਮਪਾਲ ਸਿੰਘ ਹਿਸਾਬ ਮਾਸਟਰ ਗੌਰਮੈਂਟ ਹਾਈ ਸਕੂਲ ਪਤਾਰਾ ਵਿਦਿਆਰਥੀਓ ਕਲਾਸ 7ਵੀਂ ਦਾ 5ਵਾਂ ਅਧਿਆਇ ਜਿਹੜਾ ਹੈਗਾ ਸਾਡਾ ਚੱਲ ਰਿਹਾ ਹੈ ਯਾਨੀ ਕਿ ਰੇਖਾਵਾਂ ਅਤੇ ਕੋਣ ਇਸ ਤੋਂ ਪਹਿਲੇ ਦੋ ਲੈਕਚਰਸ ਦੇ ਵਿੱਚ ਵਿਦਿਆਰਥੀਓ ਅਸੀਂ ਸਭ ਤੋਂ ਪਹਿਲਾਂ ਰੇਖਾਵਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਕਿ ਰੇਖਾਵਾਂ ਕੀ ਹੁੰਦੀਆਂ ਹਨ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ਸਿੱਧੀਆਂ ਰੇਖਾਵਾਂ ਕਿਹੜੀਆਂ ਹੁੰਦੀਆਂ ਹਨ ਖੜੀਆਂ ਰੇਖਾਵਾਂ ਕਿਹੜੀਆਂ ਹੁੰਦੀਆਂ ਹਨ ਕਾਟਵੀਆਂ ਰੇਖਾਵਾਂ ਕਿਹੜੀਆਂ ਹਨ ਠੀਕ ਹੈ ਜੀ ਉਸ ਤੋਂ ਬਾਅਦ ਸਮਾਨਾਂਤਰ ਰੇਖਾਵਾਂ ਕਿਹੜੀਆਂ ਹਨ ਲੰਬ ਰੇਖਾਵਾਂ ਕਿਹੜੀਆਂ ਹਨ ਇਹਨਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਉਸ ਤੋਂ ਬਾਅਦ ਵਿਦਿਆਰਥੀਓ ਅਸੀਂ ਕੋਣਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਕੋਣ ਕੀ ਹੁੰਦੇ ਹਨ ਕੋਣ ਦਾ ਨਾਮ ਕਿਸ ਢੰਗ ਨਾਲ ਲਿਖਿਆ ਜਾਂਦਾ ਹੈ ਤੇ ਕੋਣ ਜਿਹੜੇ ਹੈਗੇ ਉਹ ਜਿਹੜੇ ਤਿੰਨ ਤਰ੍ਹਾਂ ਦੇ ਬੇਸਿਕਲੀ ਕੋਣ ਹੁੰਦੇ ਹਨ ਨਿਊਨ ਕੋਣ ਅਧਿਕ ਕੋਣ ਤੇ ਸਮ ਕੋਣ ਉਹ ਕੀ ਹੁੰਦੇ ਹਨ ਉਹਨਾਂ ਦੀਆਂ ਕੀ ਖਾਸ ਪ੍ਰੋਪਰਟੀਆਂ ਸੀਗੀਆਂ ਉਹ ਅਸੀਂ ਐਗਜ਼ਾਮਪਲਸ ਦੇ ਨਾਲ ਤੇ ਡੇਲੀ ਲਾਈਫ ਦੇ ਐਗਜ਼ਾਮਪਲਸ ਦੇ ਨਾਲ ਉਹਨਾਂ ਨੂੰ ਸਮਝਿਆ ਲਾਸਟ ਲੈਕਚਰ ਅਸੀਂ ਵਿਦਿਆਰਥੀਓ ਖਤਮ ਕੀਤਾ ਸੀਗਾ ਪੂਰਬ ਕੋਣ ਦੇ ਵਿੱਚ ਪੂਰਬ ਕੋਣ ਇਹ ਲਾਸਟ ਲੈਕਚਰ ਦੇ ਵਿੱਚ ਜਿਹੜੀ ਚੀਜ਼ ਅਸੀਂ ਛੱਡੀ ਸੀ ਉਹ ਇੱਥੋਂ ਸੀ ਕਿ ਪੂਰਬ ਕੋਣ ਕੀ ਹੁੰਦੇ ਹਨ ਇੱਕ ਵਾਰੀ ਫਿਰ ਇਸ ਚੀਜ਼ ਨੂੰ ਥੋੜਾ ਰੀਕੈਪਚੁਲੇਟ ਕਰ ਲੈਂਦੇ ਹਾਂ ਵਿਦਿਆਰਥੀਓ ਕਿ ਪੂਰਬ ਕੋਣ ਕਿਹਨਾਂ ਦੋ ਕੋਣਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੋ ਕੋਣਾਂ ਦੇ ਜੁੜੇ ਜਿਹਨਾਂ ਮਤਲਬ ਕੋਈ ਦੋ ਕੋਣ ਨੇ ਦੋ ਕੋਣ ਨੇ ਦੋ ਕੋਣਾਂ ਦਾ ਜੋੜ ਨੱਬੇ ਡਿਗਰੀ ਹੋਵੇ ਠੀਕ ਹੈ ਜੀ ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਉਹਨਾਂ ਨੂੰ ਕੀ ਕਹਿੰਦੇ ਹਨ ਆਪਾਂ ਪੂਰਕ ਕੋਣ ਜਿਹੜਾ ਹੈਗਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਠੀਕ ਹੈ ਵਿਦਿਆਰਥੀਓ ਇਹ ਇਹਦੇ ਵਿੱਚ ਅਸੀਂ ਕਈ ਉਦਾਹਰਣਾਂ ਲਈਆਂ ਸੀਗੀਆਂ ਅਸੀਂ ਇੱਕ ਗੱਲ ਕੀਤੀ ਸੀ ਕਿ ਜਿਵੇਂ 30 ਤੇ 60 ਹੈ ਠੀਕ ਹੈ ਜੀ 30 ਤੇ 60 ਇੱਕ ਦੂਜੇ ਦੇ ਪੂਰਕ ਕੋਣ ਹਨ ਕਿਉਂ ਕਿਉਂਕਿ ਅਸੀਂ ਜਾਣਦੇ ਹਾਂ 30 ਜਮ੍ਹਾਂ 60 ਬਰਾਬਰ 90 ਡਿਗਰੀ ਹੋਵੇਗਾ 30 ਜਮ੍ਹਾਂ 60 ਬਰਾਬਰ ਕਿੰਨਾ ਹੁੰਦਾ 90 ਡਿਗਰੀ ਇਸ ਕਰਕੇ 30 ਤੇ 60 ਜਿਹੜੇ ਹਨ ਇੱਕ ਦੂਜੇ ਦੇ ਕੀ ਬਣ ਗਏ ਸੀ ਪੂਰਬ ਕੋਣ ਬਣ ਗਏ ਸੀਗੇ ਠੀਕ ਹੈ ਵਿਦਿਆਰਥੀਓ ਆਓ ਵਿਦਿਆਰਥੀਓ ਇਸ ਦੇ ਨਾਲ ਜੁੜੀਆਂ ਹੋਈਆਂ ਕੁਝ ਇੱਕ ਉਦਾਹਰਣਾਂ ਕਰੀਏ ਤੇ ਕੁਝ ਇੱਕ ਹੋਰ ਪ੍ਰਸ਼ਨ ਤੇ ਰੋਚਕ ਤੱਤ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਰਿਲੇਟਡ ਕਰਦੇ ਹਾਂ ਆਓ ਵਿਦਿਆਰਥੀਓ ਕੁਝ ਇੱਕ ਪ੍ਰਸ਼ਨ ਜਿਹੜੇ ਹੈਗੇ ਨੇ ਉਹ ਮੈਂ ਤੁਹਾਡੇ ਤੋਂ ਪੁੱਛਾਂਗਾ ਸਭ ਤੋਂ ਪਹਿਲਾ ਪ੍ਰਸ਼ਨ ਹੈ ਵਿਦਿਆਰਥੀਓ ਦੋ ਨਿਊਨ ਕੋਣ ਪੂਰਕ ਕੋਣ ਹੋ ਸਕਦੇ ਹਨ ਇਹ ਪਹਿਲੀ ਚੀਜ਼ ਹੈ ਵਿਦਿਆਰਥੀਓ ਦੂਸਰਾ ਪ੍ਰਸ਼ਨ ਹੈ ਮੇਰਾ ਪ੍ਰਸ਼ਨ ਤਾਂ ਨਹੀਂ ਹੈ ਲਾਈਨ ਲਿਖੀ ਹੋਈ ਹੈ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਇਹਨੂੰ ਉਸ ਤੋਂ ਬਾਅਦ ਹੈ ਦੋ ਅਧਿਕ ਕੋਣ ਪੂਰਕ ਕੋਣ ਦੋ ਅਧਿਕ ਕੋਣ ਪੂਰਕ ਕੋਣ ਹੋ ਸਕਦੇ ਹਨ ਤੀਸਰੀ ਚੀਜ਼ ਆਪਾਂ ਕਰਦੇ ਹਾਂ ਦੋ ਸਮਕੋਣ ਪੂਰਕ ਕੋਣ ਹੋ ਸਕਦੇ ਹਨ ਠੀਕ ਹੈ ਵਿਦਿਆਰਥੀਓ ਇਹਦੇ ਵਿੱਚ ਅਸੀਂ ਤਿੰਨ ਚੀਜ਼ਾਂ ਲਿਖੀਆਂ ਨੇ ਵਿਦਿਆਰਥੀਓ ਇਹਨਾਂ ਤਿੰਨ ਚੀਜ਼ਾਂ ਦੇ ਵਿੱਚ ਵਾਰੀ ਵਾਰੀ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਪਹਿਲੀ ਚੀਜ਼ ਨੂੰ ਲੈਂਦੇ ਹਾਂ ਵਿਦਿਆਰਥੀਓ ਦੋ ਨਿਊਨ ਕੋਣ ਪੂਰਕ ਕੋਣ ਹੋ ਸਕਦੇ ਹਨ ਅਸੀਂ ਇਸ ਕਥਨ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕੀ ਇਹ ਕਥਨ ਸੱਚ ਹੈ ਕਿ ਝੂਠ ਹੈ ਆਓ ਇਸ ਨੂੰ ਜਾਂਚਦੇ ਹਾਂ ਵਿਦਿਆਰਥੀਓ ਮੈਂ ਕੀ ਕਰਦਾ ਹਾਂ ਦੋ ਨਿਊਨ ਕੋਣ ਲੈ ਲੈਂਦਾ ਹਾਂ ਠੀਕ ਹੈ ਜੀ ਦੋ ਨਿਊਨ ਕੋਣ ਕਿਹੜੇ ਕਿਹੜੇ ਹਨ 30 ਡਿਗਰੀ ਨਿਊਨ ਕੋਣ ਸੀ 60 ਡਿਗਰੀ ਵੀ ਨਿਊਨ ਕੋਣ ਸੀ ਦੋਨਾਂ ਦਾ ਜੋੜ ਕਿਹਦੇ ਬਰਾਬਰ ਆਇਆ ਸੀ 90 ਦੇ ਬਰਾਬਰ ਇਹਦਾ ਮਤਲਬ ਇਹ ਕੀ ਸੀਗਾ ਇਹ ਦੋ ਨਿਊਨ ਕੋਣ ਪੂਰਕ ਕੋਣ ਬਣਦੇ ਹੈਗੇ ਸੀ ਇਹਦਾ ਭਾਵ ਹੈ ਜੇ ਇੱਕ ਉਦਾਹਰਣ ਸਹੀ ਹੋ ਗਈ ਆ ਉਹਨੇ ਕਿਹੜਾ ਕਿਹਾ ਕਿ ਹਰ ਪੂਰਨ ਕੋਣ ਉਹਨੇ ਕਿਹਾ ਕਿ ਕੀ ਦੋ ਨਿਊਨ ਕੋਣ ਪੂਰਕ ਕੋਣ ਹੋ ਸਕਦੇ ਹਨ ਤਾਂ ਹਾਂ ਹੋ ਸਕਦੇ ਹਨ ਇਸ ਦਾ ਅਰਥ ਹੈ ਇਹ ਜਵਾਬ ਸਾਡਾ ਬਿਲਕੁਲ ਸਹੀ ਹੈ ਹਾਂ ਹੋ ਸਕਦੇ ਹਨ ਠੀਕ ਹੈ ਜੀ ਦੂਸਰਾ ਪ੍ਰਸ਼ਨ ਹੈ ਵਿਦਿਆਰਥੀਓ ਦੋ ਅਧਿਕ ਕੋਣ ਪੂਰਕ ਕੋਣ ਹੋ ਸਕਦੇ ਹਨ ਦੋ ਅਧਿਕ ਕੋਣ ਪੂਰਕ ਕੋਣ ਅਧਿਕ ਕੋਣ ਕਿਹੜੇ ਕਿਹੜੇ ਹੁੰਦੇ ਹਨ ਵਿਦਿਆਰਥੀਓ 90 ਡਿਗਰੀ ਤੋਂ ਵੱਡਾ ਹੋਵੇ ਮੰਨ ਲਓ 90 ਡਿਗਰੀ ਤੋਂ ਵੱਡਾ 91 ਡਿਗਰੀ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਮੈਂ 91 ਡਿਗਰੀ ਜੋੜਾਂ ਦੇਖੋ ਆਪਾਂ ਦਸ਼ਮਲਵਾਂ ਦੀ ਗੱਲ ਨਹੀਂ ਕਰਦੇ ਤਾਂ ਆਪਾਂ ਇਹ ਕਰੀਏ ਕਿ ਜਿਹੜਾ ਅਧਿਕ ਕੋਣ ਹੈ 90 ਡਿਗਰੀ ਤੋਂ ਵੱਡੇ ਕੋਣ ਨੂੰ ਕਹਿੰਦੇ ਆ ਵੱਡੇ 90 ਡਿਗਰੀ ਤੋਂ ਵੱਡਾ ਇਮੀਡੀਏਟਲੀ ਵੱਡਾ ਕੋਣ ਮੈਂ 91 ਡਿਗਰੀ ਲੈ ਲਿਆ ਦੂਜੇ ਪਾਸੇ ਵੀ 90 ਡਿਗਰੀ ਤੋਂ ਇਮੀਡੀਏਟਲੀ ਕੋਣ ਕਿਹੜਾ ਲੈ ਲਿਆ 91 ਲੈ ਲਿਆ ਯਾਨੀ ਕਿ ਇਹ ਮੈਂ ਇਹ ਮੰਨ ਕੇ ਚੱਲਦਾ ਜਿਹੜੀ ਪੂਰਨ ਸੰਖਿਆਵਾਂ ਦੇ ਵਿੱਚ ਕਿ ਬਈ ਇਹ ਦੋ ਸਭ ਤੋਂ ਛੋਟੇ ਅਧਿਕ ਕੋਣ ਹਨ ਠੀਕ ਹੈ ਜੀ 91 ਤੇ 91 ਇਹਨਾਂ ਦੋਨਾਂ ਦਾ ਜੋੜ ਕਰਕੇ ਦੇਖਣਾ ਹੈ ਕਿੰਨਾ ਬਣਦਾ ਹੈ ਇਹਨਾਂ ਦਾ ਜੋੜ ਬਣਦਾ ਹੈ 182 ਡਿਗਰੀ ਠੀਕ ਹੈ ਜੀ ਇਹਨਾਂ ਦਾ ਜੋੜ ਕਿੰਨਾ ਬਣ ਰਿਹਾ 182 ਡਿਗਰੀ ਜੇਕਰ 182 ਡਿਗਰੀ ਹੈ ਇਹ ਤਾਂ ਜਿਹੜਾ ਹੈ ਵਿਦਿਆਰਥੀ 90 ਡਿਗਰੀ ਦੇ ਬਰਾਬਰ ਨਹੀਂ ਆ ਰਿਹਾ ਮਤਲਬ ਕਿ ਇਹ ਬਰਾਬਰ ਨਹੀਂ ਹੈ 90 ਡਿਗਰੀ ਤਾਂ ਇਸ ਦਾ ਅਰਥ ਹੈ ਕਿ ਦੋ ਅਧਿਕ ਕੋਣ ਦੇਖੋ ਮੈਂ ਤਾਂ ਛੋਟੇ ਤੋਂ ਛੋਟੇ ਕੋਣ ਲੈ ਕੇ ਚੱਲੇ ਹਾਂ ਦੋ ਛੋਟੇ ਤੋਂ ਛੋਟੇ ਅਧਿਕ ਕੋਣ ਲੈ ਕੇ ਚੱਲੇ ਹਾਂ
ਤੇ ਉਹਨਾਂ ਦਾ ਜੋੜ ਵੀ 182 ਆ ਗਿਆ। ਇਹਦਾ ਮਤਲਬ ਦੋ ਅਧਿਕ ਗੁਣ ਪੂਰਕ ਗੁਣ ਕਦੀ ਨਹੀਂ ਹੋ ਸਕਦੇ। ਵੈਸੇ ਵੀ ਆਪਾਂ ਸੋਚ ਕੇ ਦੇਖੀਏ ਵਿਦਿਆਰਥੀਓ ਕਿ ਇਦਾਂ ਪੋਸੀਬਲ ਹੈ ਕਿ 90 ਤੋਂ ਵੱਡੀ ਰਕਮ ਹੋਵੇ ਤੇ ਉਹਨਾਂ ਦੋ ਰਕਮਾਂ ਦਾ ਜੋੜ ਜਿਹੜਾ ਹੈਗਾ ਉਹ 90 ਹੋਵੇ? ਨਹੀਂ ਹੋ ਸਕਦਾ। ਸੋ ਇਸ ਕਰਕੇ ਇਹ ਚੀਜ਼ ਜੋ ਹੈ ਇਹ ਸਾਡੀ ਗਲਤ ਹੈ, ਯਾਨੀ ਕਿ ਨਹੀਂ ਹੋ ਸਕਦਾ। ਠੀਕ ਹੈ। ਦੂਸਰਾ ਹੈ ਦੋ ਸਮਕੋਣ ਪੂਰਕ ਕੋਣ ਹੋ ਸਕਦੇ ਹਨ। ਦੇਖੋ ਸਮਕੋਣ ਦਾ ਮਾਪ ਤਾਂ ਵਿਦਿਆਰਥੀਓ ਮੈਨੂੰ ਪਤਾ ਹੈ, ਪਹਿਲੇ ਸਮਕੋਣ ਦਾ ਮਾਪ 90 ਡਿਗਰੀ, ਦੂਜੇ ਸਮਕੋਣ ਦਾ ਮਾਪ 90 ਡਿਗਰੀ, ਇਹ ਕਿੰਨਾ ਹੋ ਗਿਆ ਬਰਾਬਰ 180 ਡਿਗਰੀ। ਇਟ ਮੀਨਸ ਇਹ 90 ਡਿਗਰੀ ਦੇ ਬਰਾਬਰ ਨਹੀਂ ਹੋ ਸਕਦਾ। ਠੀਕ ਹੈ ਜੀ। 90 ਦੇ ਵਿੱਚ 90 ਜੋੜੋਗੇ ਤਾਂ 180 ਆਏਗਾ। ਇਹਦਾ ਮਤਲਬ ਸਾਨੂੰ ਤਾਂ ਪੂਰਕ ਕੋਣ ਉਹਨਾਂ ਦੋ ਕੋਣਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਦੋ ਕੋਣਾਂ ਦਾ ਜੋੜ ਕੇ ਦੇ ਬਰਾਬਰ ਹੁੰਦਾ ਹੈ, 90 ਦੇ ਬਰਾਬਰ ਹੁੰਦਾ ਹੈ। ਤਾਂ 90 ਦੇ ਵਿੱਚ 90 ਜੋੜ ਕੇ 90 ਦੇ ਬਰਾਬਰ ਕਿਵੇਂ ਹੋ ਸਕਦਾ ਹੈ? ਸੋ ਭਾਵ ਇਹ ਹੈ ਕਿ ਤੀਸਰਾ ਚੀਜ਼ ਵੀ ਜਿਹੜੀ ਹੈਗੀ ਉਹ ਗਲਤ ਹੈਗੀ ਆ। ਸੋ ਵਿਦਿਆਰਥੀਓ ਇਹਦੇ ਵਿੱਚ ਅਸੀਂ ਜਿਹੜੀਆਂ ਤਿੰਨ ਚੀਜ਼ਾਂ ਦੇਖੀਆਂ, ਠੀਕ ਹੈ ਵਿਦਿਆਰਥੀਓ, ਆਪਾਂ ਇੱਕ ਵਾਰ ਫਿਰ ਦੇਖ ਲੈਂਦੇ ਹਾਂ, ਪੜ੍ਹ ਲੈਂਦੇ ਹਾਂ। ਪਹਿਲੀ ਚੀਜ਼ ਅਸੀਂ ਦੇਖੀ ਵਿਦਿਆਰਥੀਓ, ਦੋ ਨਿਊਨ ਕੋਣ ਪੂਰਕ ਕੋਣ ਹੋ ਸਕਦੇ ਹਨ। ਹਾਂ, ਹੋ ਸਕਦੇ ਹਨ। ਆਪਾਂ ਇਹ ਕਹੀਏ ਕਿ ਜਦੋਂ ਵੀ ਦੋ ਕੋਣ, ਇਹਨਾਂ ਤਿੰਨਾਂ ਤੋਂ ਮੈਂ ਇੱਕ ਤੱਥ ਬਾਹਰ ਕੱਢਿਆ ਕਿ ਜਦੋਂ ਵੀ ਦੋ ਕੋਣ ਪੂਰਕ ਕੋਣ ਹੋਣਗੇ ਤਾਂ ਉਹ ਦੋਵੇਂ ਕੋਣ ਨਿਊਨ ਕੋਣ ਹੋਣਗੇ, ਇਸ ਗੱਲ ਦੀ ਗਰੰਟੀ ਆ। ਇਹਨਾਂ ਉਦਾਹਰਣਾਂ ਤੋਂ ਮੈਨੂੰ ਇਹ ਚੀਜ਼ ਬੜੀ ਚੰਗੀ ਤਰ੍ਹਾਂ ਕਲੀਅਰ ਹੋ ਗਈ ਹੈ ਕਿ ਜੇ ਦੋ ਕੋਣ ਪੂਰਕ ਕੋਣ ਬਣ ਰਹੇ ਹਨ, ਦੋ ਕੋਣਾਂ ਦਾ ਜੋੜਾ ਪੂਰਕ ਕੋਣ ਬਣ ਰਿਹਾ ਹੈ, ਤਾਂ ਉਹ ਦੋਵੇਂ ਦੇ ਦੋਵੇਂ ਕੋਣ ਕੀ ਹੋਣਗੇ? ਨਿਊਨ ਕੋਣ ਹੋਣਗੇ। ਠੀਕ ਹੈ ਜੀ। ਉਹਨਾਂ ਵਿੱਚੋਂ ਕੋਈ ਵੀ ਕੋਣ ਸਮਕੋਣ ਨਹੀਂ ਹੋ ਸਕਦਾ, ਕੋਈ ਵੀ ਕੋਣ ਅਧਿਕ ਕੋਣ ਨਹੀਂ ਹੋ ਸਕਦਾ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਤਾਂ ਫਿਰ ਗੱਲ ਹੀ ਬਣ ਖਤਮ ਹੋ ਗਈ ਕਿ ਦੋ ਅਧਿਕ ਕੋਣ ਜੋੜ ਪੂਰਕ ਕੋਣ ਨਹੀਂ ਹੋ ਸਕਦਾ ਤੇ ਦੋ ਸਮਕੋਣ ਵੀ ਪੂਰਕ ਕੋਣ ਨਹੀਂ ਹੋ ਸਕਦੇ। ਸੋ ਵਿਦਿਆਰਥੀਓ ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਹੈਗੇ ਨੇ, ਜਿਹੜੇ ਸਾਡਾ ਹੁਣ ਨਵਾਂ ਪੈਟਰਨ ਆਇਆ ਐਗਜ਼ਾਮ ਦਾ, ਉਸ ਦੇ ਅਕੋਰਡਿੰਗਲੀ ਜਿਹੜਾ ਇੱਕ ਨੰਬਰ ਦਾ ਪ੍ਰਸ਼ਨ ਹੈਗਾ ਆ, ਉਹ ਇਸ ਤਰ੍ਹਾਂ ਦਾ ਪ੍ਰਸ਼ਨ ਸਹੀ ਆ ਗਲਤ ਦੇ ਵਿੱਚ ਸਾਨੂੰ ਘੁਮਾ ਕੇ ਥੋੜਾ ਪੁੱਛ ਸਕਦਾ ਹੈ। ਤੋ ਜ਼ਰੂਰੀ ਨਹੀਂ ਕਿ ਉਹ ਮਤਲਬ ਇਹਨਾਂ ਦੇ ਨਾਲ ਹੋ ਸਕਦਾ, ਉਹ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਚੀਜ਼ ਕਹਿ ਦੇਵੇ, ਉਹ ਤੁਹਾਨੂੰ ਇਹ ਕਹਿ ਦੇਵੇ ਕਿ ਵਿਦਿਆਰਥੀਓ ਇੱਕ ਨਿਊਨ ਕੋਣ ਅਤੇ ਇੱਕ ਅਧਿਕ ਕੋਣ, ਠੀਕ ਹੈ ਜੀ, ਕੋਣ ਪੂਰਕ ਕੋਣ ਹੋ ਸਕਦੇ ਹਨ, ਪੂਰਕ ਕੋਣ ਹੋ ਸਕਦੇ ਹਨ। ਉਹਨੇ ਇੱਕ ਨਵੀਂ ਚੀਜ਼ ਦੱਸ ਦਿੱਤੀ। ਉੱਪਰ ਦੇਖੋ ਦੋ ਨਿਊਨ ਕੋਣਾਂ ਦੀ ਗੱਲ ਕੀਤੀ, ਦੋ ਅਧਿਕ ਕੋਣਾਂ ਦੀ ਗੱਲ ਕੀਤੀ, ਦੋ ਸਮਕੋਣਾਂ ਦੀ ਗੱਲ ਕੀਤੀ। ਹੁਣ ਉਹ ਕਹਿ ਰਿਹਾ ਕਿ ਇੱਕ ਨਿਊਨ ਕੋਣ ਤੇ ਇੱਕ ਅਧਿਕ ਕੋਣ ਪੂਰਕ ਕੋਣ ਹੋ ਸਕਦੇ ਹਨ। ਦੇਖੋ ਵਿਦਿਆਰਥੀਓ, ਪਹਿਲੀ ਗੱਲ ਹੈ ਜਦੋਂ ਅਧਿਕ ਕੋਣ ਆ ਗਿਆ ਤਾਂ ਉਹ ਤਾਂ ਪਹਿਲੇ ਹੀ 90 ਡਿਗਰੀ ਤੋਂ ਵੱਡਾ ਹੈ, ਤੇ 90 ਡਿਗਰੀ ਤੋਂ ਜੇ ਉਹ ਪਹਿਲੇ ਹੀ ਵੱਡਾ ਹੈ ਤਾਂ ਉਹਦੇ ਵਿੱਚ ਕੀ ਜੋੜੀਏ ਕਿ ਉਹ 90 ਹੋ ਜਾਏਗਾ? ਠੀਕ ਹੈ ਜੀ। ਇਹਦਾ ਮਤਲਬ ਇਹ ਵੀ ਚੀਜ਼ ਜਿਹੜੀ ਹੈ ਗਲਤ ਹੈ। ਠੀਕ ਹੈ ਜੀ। ਪੂਰਕ ਕੋਣ ਦੇ ਕੇਸ ਦੇ ਵਿੱਚ ਸਿਰਫ ਤੇ ਸਿਰਫ ਆਹੀ ਇੱਕ ਚੀਜ਼ ਜਿਹੜੀ ਹੈ ਉਹ ਸਹੀ ਹੋ ਸਕਦੀ ਹੈ, ਹੋਰ ਚੀਜ਼ ਸਹੀ ਨਹੀਂ ਹੋ ਸਕਦੀ ਹੈ। ਤੇ ਉਹ ਕਿਹੜੀ ਚੀਜ਼ ਹੈ? ਕਿ ਦੋ ਨਿਊਨ ਕੋਣ ਪੂਰਕ ਕੋਣ ਹੋ ਸਕਦੇ ਹਨ। ਠੀਕ ਹੈ। ਸਾਡੀ ਬੁੱਕ ਦੇ ਵਿੱਚ ਆ ਤਿੰਨ ਚੀਜ਼ਾਂ ਦਿੱਤੀਆਂ, ਇਹ ਚੌਥੀ ਚੀਜ਼ ਮੈਂ ਤੁਹਾਨੂੰ ਦੱਸੀ ਆ ਕਿ ਵੀ ਇਹ ਚੌਥੀ ਚੀਜ਼ ਵੀ ਸਾਨੂੰ ਪੁੱਛੀ ਜਾ ਸਕਦੀ ਇੱਕ ਨੰਬਰ ਦੇ ਵਿੱਚ। ਠੀਕ ਹੈ ਜੀ। ਕਿ ਇੱਕ ਨਿਊਨ ਕੋਣ ਅਤੇ ਇੱਕ ਅਧਿਕ ਕੋਣ ਪੂਰਕ ਕੋਣ ਹੋ ਸਕਦੇ ਹਨ ਤਾਂ ਨਹੀਂ ਹੋ ਸਕਦੇ। ਜਿੱਥੇ ਅਧਿਕ ਕੋਣ ਦਾ ਜ਼ਿਕਰ ਆ ਗਿਆ, ਇਟ ਮੀਨਸ ਉਹ ਜਿਹੜਾ ਅਧਿਕ ਕੋਣ ਵਾਲਾ ਹੈਗਾ ਆ ਉਹ ਸਾਡੇ ਕੋਲ 90 ਡਿਗਰੀ ਤੋਂ ਪਹਿਲਾਂ ਹੀ ਵੱਡਾ ਹੈ। ਠੀਕ ਹੈ ਵਿਦਿਆਰਥੀਓ। ਚਲੋ ਆਪਾਂ ਚੱਲਦੇ ਹਾਂ ਵਿਦਿਆਰਥੀਓ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਅਗਲੇ ਪ੍ਰਸ਼ਨ ਦੇ ਵਿੱਚ ਵੀ ਅਸੀਂ ਪੂਰਕ ਕੋਣਾਂ ਦਾ ਹੀ ਜ਼ਿਕਰ ਕਰਾਂਗੇ। ਪੂਰਕ ਕੋਣ ਵਿਦਿਆਰਥੀਓ ਜਿਹੜੇ ਸਾਨੂੰ ਪ੍ਰਸ਼ਨ ਦਿੱਤੇ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਕਈ ਸਾਰੇ ਪ੍ਰਸ਼ਨ ਬਣਦੇ ਹਨ। ਇਹ ਤਾਂ ਸਹੀ ਗਲਤ ਦੇ ਵਿੱਚ ਜਿਹੜੇ ਇਹ ਮੈਂ ਤਿੰਨ ਛੋਟੇ ਛੋਟੇ ਤਿੰਨ ਚਾਰ ਪ੍ਰਸ਼ਨ ਤੁਹਾਨੂੰ ਡਿਸਕਸ ਕੀਤੇ ਹਨ, ਇਹ ਵਿਦਿਆਰਥੀਓ ਸਹੀ ਤੇ ਗਲਤ ਦੇ ਵਿੱਚ ਪੁੱਛੇ ਜਾਂਦੇ ਕਿ ਹੋ ਸਕਦੇ ਹਨ ਹਾਂ ਜਾਂ ਨਹੀਂ। ਠੀਕ ਹੈ ਜੀ। ਆਓ ਵਿਦਿਆਰਥੀ ਇਸ ਦੇ ਇੱਕ ਦੋ ਪ੍ਰਸ਼ਨ ਹੱਲ ਕਰਕੇ ਦੇਖਦੇ ਹਾਂ। ਇਸ ਦੇ ਪ੍ਰਸ਼ਨ ਵਿਦਿਆਰਥੀਓ ਕੀ ਹਨ? ਕਿ ਮੰਨ ਲਓ ਸਾਨੂੰ ਪਹਿਲਾ ਪ੍ਰਸ਼ਨ ਹੈ, ਇਹਦੇ ਵਿੱਚ ਉਹਨੇ ਸਾਨੂੰ ਇਹ ਕਹਿਤਾ ਕਿ ਬਈ ਆਹ ਇੱਕ ਕੋਣ ਬਣਿਆ, ਇਹ ਏ ਹੈ, ਆ ਬੀ, ਆ ਸੀ। ਠੀਕ ਹੈ। ਆ ਕੋਣ ਜਿਹੜਾ ਹੈਗਾ ਆ ਇਹ ਸਾਡੇ ਕੋਲ ਆ ਗਿਆ 20 ਡਿਗਰੀ ਦਾ। ਠੀਕ ਹੈ। ਦੂਸਰੇ ਦੇ ਪਹਿਲਾ ਪਾਰਟ ਹੈ, ਦੂਸਰੇ ਪਾਰਟ ਦੇ ਵਿੱਚ ਉਹਨੇ ਸਾਨੂੰ ਹੋਰ ਥੋੜਾ ਐਂਗਲ ਦਿੱਤਾ, ਇਹ ਹੋ ਗਿਆ ਓ, ਇਹ ਏ ਲੈ ਲਓ ਜੀ, ਆ ਬੀ ਆ ਗਿਆ। ਠੀਕ ਹੈ ਜੀ। ਨਾਮ ਰੱਖੇ ਇਹਨਾਂ ਦੇ। ਠੀਕ ਹੈ ਜੀ। ਬੀ ਸੀ ਹੋ ਗਿਆ, ਏ ਬੀ ਹੋ ਗਿਆ, ਇਹਨੂੰ ਲੈ ਲਿਆ ਉਹਨੇ 85 ਡਿਗਰੀ। ਠੀਕ ਹੈ ਜੀ। ਇੱਕ ਹੋਰ ਲੈ ਲੈਂਦੇ ਹਾਂ ਜੀ ਆਪਾਂ। ਠੀਕ ਹੈ ਜੀ। ਇਹਦੇ ਵਿੱਚ ਅਸੀਂ ਇਹਨੂੰ ਬਿਲਕੁਲ ਬਰਾਬਰ ਦਾ ਰੱਖਿਆ, ਇਹ ਆ ਗਿਆ ਵਿਦਿਆਰਥੀਓ 45 ਡਿਗਰੀ। ਠੀਕ ਹੈ ਜੀ। 45 ਡਿਗਰੀ ਦੇ ਵਿੱਚ ਆ ਓ ਹੈ, ਆ ਏ ਆ ਤੇ ਆ ਬੀ ਆ, ਇਹ ਤੀਸਰਾ ਪਾਰਟ ਹੈ ਵਿਦਿਆਰਥੀਓ, ਆ ਦੂਸਰਾ ਪਾਰਟ ਹੈ। ਠੀਕ ਹੈ ਜੀ। ਇਹ ਕਾਹਦੇ ਪਾਰਟ ਨੇ? ਇਸ ਸਵਾਲ ਦੇ ਵਿੱਚ ਉਹ ਇਹ ਕਹਿ ਰਿਹਾ ਹੈ ਕਿ ਇਹਨਾਂ ਕੋਣਾਂ ਦਾ ਪੂਰਕ ਕੋਣ ਜਿਹੜਾ ਹੈਗਾ ਉਹ ਦੱਸੋ ਕੀ ਹੋਏਗਾ ਪਹਿਲੇ ਸਵਾਲ ਦੇ ਵਿੱਚ। ਠੀਕ ਹੈ ਜੀ। ਇਸ ਦਾ ਪੂਰਨ ਕੋਣ, 20 ਦਾ ਪੂਰਨ ਕੋਣ ਕੀ ਹੋਏ, ਪੂਰਕ ਕੋਣ ਕੀ ਹੋਏਗਾ? ਦੇਖੋ ਵਿਦਿਆਰਥੀਓ, ਮੰਨ ਲਓ ਇਹਦਾ ਪੂਰਕ ਕੋਣ ਐਕਸ ਹੈ। ਠੀਕ ਹੈ ਜੀ। ਇਹਦਾ ਮਤਲਬ ਇਹ ਹੋਇਆ ਕਿ ਐਕਸ ਜਮਾ ਵੀ ਬਰਾਬਰ ਕਿੰਨਾ ਹੋਣਾ ਚਾਹੀਦਾ ਹੈ? 90 ਡਿਗਰੀ, ਕਿਉਂਕਿ ਅਸੀਂ ਜਾਣਦੇ ਹਾਂ
ਦੋ ਪੂਰਕ ਕੋਣਾਂ ਦੋ ਪੂਰਕ ਕੋਣ ਉਦੋਂ ਹੁੰਦੇ ਹਨ ਜਦੋਂ ਕੋਣਾਂ ਦਾ ਜੋੜ ਕਿਹਦੇ ਬਰਾਬਰ ਹੁੰਦਾ ਹੈ 90 ਡਿਗਰੀ ਦੇ ਬਰਾਬਰ ਹੁੰਦਾ ਹੈ ਇਸ ਦਾ ਅਰਥ ਹੈ x ਜਮਾ b ਬਰਾਬਰ 90 ਆ ਗਿਆ ਤੇ x ਬਰਾਬਰ ਵਿਦਿਆਰਥੀ ਹੋ ਜਾਏਗਾ 90 ਘਟਾਓ 20 ਤੇ x ਬਰਾਬਰ 90 ਵਿੱਚੋਂ 20 ਘਟਾਵਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ ਵਿਦਿਆਰਥੀਓ ਸੌਰੀ 70 ਡਿਗਰੀ ਠੀਕ ਹੈ ਜੀ ਆ ਵਿਦਿਆਰਥੀਓ x ਦੀ ਕੀਮਤ ਜਿਹੜੀ ਹੈਗੀ ਉਹ ਸਾਡੇ ਕੋਲ ਆ ਜਾਏਗੀ ਕਿ ਦੂਸਰਾ ਕੋਣ ਜਿਹੜਾ ਹੈਗਾ ਪਹਿਲਾ ਕੋਣ ਜਿਹੜਾ ਹੈਗਾ 20 ਹੈ ਤੇ ਇਹਦਾ 20 ਦਾ ਪੂਰਕ ਕੋਣ ਜਿਹੜਾ ਹੈਗਾ ਉਹ ਕਿੰਨਾ ਹੋਏਗਾ 70 ਕਿਉਂਕਿ 70 ਜਮਾ 20 ਬਰਾਬਰ ਕਿੰਨਾ ਹੁੰਦਾ ਆ 90 ਡਿਗਰੀ ਇਸੇ ਤਰੀਕੇ ਨਾਲ ਵਿਦਿਆਰਥੀਓ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਉਸਨੇ ਇਹ ਕਿਹਾ ਕਿ ਇਸ ਦਾ ਪੂਰਕ ਕੋਣ ਕੱਢੋ ਮੰਨ ਲਓ ਇਸ ਦਾ ਪੂਰਨ ਕੋਣ ਵੀ x ਹੈ ਤਾਂ x ਜਮਾ 85 ਬਰਾਬਰ ਕਿਹਦੇ ਆ ਜਾਏਗਾ ਜੀ 90 ਦੇ ਦੇਖੋ x ਦੇ ਵਿੱਚ 85 ਜੋੜੀਏ ਤਾਂ 90 ਆਉਂਦਾ ਹੈ ਠੀਕ ਹੈ ਜੀ ਇਸ ਦਾ ਅਰਥ ਹੈ ਵਿਦਿਆਰਥੀਓ x ਬਰਾਬਰ ਕਿਹਦੇ ਆ ਗਿਆ 90 ਦੇ ਵਿੱਚੋਂ ਜੇਕਰ ਅਸੀਂ 85 ਘਟਾ ਦਈਏ ਤਾਂ ਕਿੰਨਾ ਆਉਂਦਾ ਹੈ ਵਿਦਿਆਰਥੀਓ 5 ਡਿਗਰੀ ਇਸ ਦਾ ਅਰਥ ਹੈ 85 ਦਾ ਪੂਰਕ ਕੋਣ ਜਿਹੜਾ ਹੈਗਾ ਉਹ ਕੀ ਹੈ 5 ਡਿਗਰੀ ਹੈ ਠੀਕ ਹੈ ਵਿਦਿਆਰਥੀਓ ਇਸੇ ਤਰੀਕੇ ਦੇ ਨਾਲ ਵਿਦਿਆਰਥੀਓ ਅਸੀਂ ਅਗਲੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ ਅਗਲਾ ਪ੍ਰਸ਼ਨ ਹੈ ਵਿਦਿਆਰਥੀਓ x ਜਮਾ 45 ਬਰਾਬਰ ਕਿੰਨਾ ਆ ਗਿਆ 90 ਦੇਖੋ ਵਿਦਿਆਰਥੀਓ ਇਹਦੇ ਵਿੱਚ ਵੀ ਕੀ ਚੀਜ਼ ਹੈ x ਉਹ ਕਹਿੰਦਾ 45 ਦਾ ਪੂਰਕ ਕੋਣ ਪਤਾ ਕਰੋ ਮੈਂ ਉਹੀ ਕਹਿ ਲਿਆ ਕਿ ਮੰਨ ਲਓ ਜਿਹੜਾ 45 ਦਾ ਪੂਰਕ ਕੋਣ x ਹੈ ਇਸ ਦਾ ਭਾਵ ਹੈ ਕਿ x ਜਮਾ 45 ਬਰਾਬਰ ਕਿੰਨਾ ਆ ਜਾਏਗਾ ਜੀ 90 ਡਿਗਰੀ ਤੇ x ਦੀ ਕੀਮਤ ਕਿੰਨੀ ਆ ਜਾਏਗੀ ਵਿਦਿਆਰਥੀਓ x ਬਰਾਬਰ ਆ ਜਾਏਗਾ 90 ਘਟਾਓ 45 ਬਰਾਬਰ 45 ਡਿਗਰੀ ਇਹ ਆ ਗਈ ਵਿਦਿਆਰਥੀਓ ਸਾਡੇ ਕੋਲ x ਦੀ ਕੀਮਤ ਠੀਕ ਹੈ ਜੀ ਸੋ 45 ਦਾ ਪੂਰਕ ਕੋਣ 45 85 ਦਾ ਪੂਰਕ ਕੋਣ 5 ਤੇ 20 ਦਾ ਪੂਰਕ ਕੋਣ ਜਿਹੜਾ ਹੈ ਉਹ ਵਿਦਿਆਰਥੀਓ ਕਿੰਨਾ ਆ ਗਿਆ ਆਪਣੇ ਕੋਲ 70 ਡਿਗਰੀ ਸੋ ਆਹ ਤਿੰਨ ਅਸੀਂ ਉਦਾਹਰਣਾਂ ਕੀਤੀਆਂ ਜਿਹੜੀਆਂ ਆਮ ਤੌਰ ਦੇ ਵਿੱਚ ਐਗਜ਼ਾਮ ਦੇ ਵਿੱਚ ਵੀ ਪੁੱਛੀਆਂ ਜਾਂਦੀਆਂ ਹਨ ਤੇ ਮੇਰੇ ਖਿਆਲ ਨਾਲ ਸਾਨੂੰ ਜੇਕਰ ਅਸੀਂ ਕੋਈ ਚੀਜ਼ ਨੂੰ ਕਰਦੇ ਹਾਂ ਤੇ ਉਸ ਨੂੰ ਡੂੰਘਾਈ ਦੇ ਵਿੱਚ ਕਰਨ ਦੇ ਲਈ ਜਿੰਨੇ ਜ਼ਿਆਦਾ ਸਵਾਲਾਂ ਦੇ ਵਿੱਚ ਹੱਥ ਮਾਰਿਆ ਜਾਵੇ ਉਨਾ ਸਾਡੇ ਵਾਸਤੇ ਵਧੀਆ ਰਹੇਗਾ ਸੋ ਇਹ ਦੂਸਰੇ ਤਰੀਕੇ ਦੇ ਸਵਾਲ ਇਹਦੇ ਆ ਗਏ ਆ ਵਿਦਿਆਰਥੀਓ ਇਹਦੇ ਤੀਸਰੇ ਤਰ੍ਹਾਂ ਦੇ ਸਵਾਲ ਦੇਖਦੇ ਹਾਂ ਦੇਖੋ ਪਹਿਲੇ ਤਰ੍ਹਾਂ ਦੇ ਸਵਾਲ ਤੁਹਾਨੂੰ ਮੈਂ ਕੀ ਕਰਾਏ ਲਾਗਵੇ ਕੋਣਾਂ ਦੇ ਸਹੀ ਤੇ ਗਲਤ ਦੇ ਕਰਵਾਏ ਠੀਕ ਹੈ ਜੀ ਦੂਸਰੇ ਤਰ੍ਹਾਂ ਦੇ ਕੋਣ ਦਿਖਾਦੇ ਕੋਣ ਬਣਾ ਦਿੱਤਾ ਉਹਨੇ ਉਹ ਇਹ ਕਹਿ ਰਿਹਾ ਕਿ ਇਹਨਾਂ ਦਾ ਮੈਨੂੰ ਲਾਗਵਾਂ ਕੋਣ ਦੱਸੋ ਮੈਂ ਪਹਿਲੇ ਦਾ ਵੀ ਲਾਗਵਾਂ ਕੋਣ ਦੱਸਤਾ ਦੂਸਰੇ ਦਾ ਵੀ ਦੱਸਤਾ ਤੀਸਰੇ ਦਾ ਵੀ ਦੱਸਤਾ ਹੁਣ ਇਹਦਾ ਤੀਸਰੇ ਤਰ੍ਹਾਂ ਦਾ ਸਵਾਲ ਵੀ ਹੁੰਦਾ ਹੈ ਉਹ ਹੁੰਦਾ ਹੈ ਸਟੇਟਮੈਂਟ ਵਾਲਾ ਇਕਾਈ ਵਾਲਾ ਸਵਾਲ ਆਓ ਵਿਦਿਆਰਥੀ ਉਹਨਾਂ ਨੂੰ ਵੀ ਦੇਖੀਏ ਵੈਸੇ ਤਾਂ ਦੇਖੋ ਅਸੀਂ ਫਿਲਹਾਲ ਜਦੋਂ ਵੀ ਕੋਈ ਟੌਪਿਕ ਕਰਦੇ ਹਾਂ ਨਾ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਕਿ ਕਿਸੇ ਟੌਪਿਕ ਨੂੰ ਸਿਰਫ ਕਿਤਾਬ ਦੇ 4 ਪੰਨਿਆਂ ਦੇ ਵਿਚਕਾਰ ਸੀਮਿਤ ਨਾ ਰੱਖਿਆ ਕਰੋ ਠੀਕ ਹੈ ਜੀ ਜਦੋਂ ਤੁਸੀਂ ਕੋਈ ਚੀਜ਼ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਦਾਇਰੇ ਤੋਂ ਵੀ ਕਈ ਵਾਰ ਬਾਹਰ ਥੋੜਾ ਜਿਹਾ ਜਾਣਾ ਪੈਂਦਾ ਹੈ ਠੀਕ ਹੈ ਜੀ ਅੱਛਾ ਜੇ ਮੈਂ ਇਹ ਛੋਟੀ ਜਿਹੀ ਚੀਜ਼ ਕਰ ਲਈ ਤੇ ਜੇਕਰ ਇਕਾਈ ਵਾਲੇ ਸਵਾਲ ਜਿਹੜੇ ਮੈਂ ਤੁਹਾਨੂੰ ਹੁਣ ਦੱਸ ਰਿਹਾ ਉਹ ਵੀ ਇਹਦੇ ਨਾਲ ਦੇ ਜੁੜੇ ਹਨ ਚਾਹੇ ਉਹ ਸਾਡੀ ਕਿਤਾਬ ਦੇ ਵਿੱਚ ਹਨ ਚਾਹੇ ਨਹੀਂ ਹਨ ਲੇਕਿਨ ਸਾਨੂੰ ਪਤਾ ਹੋਣੇ ਚਾਹੀਦੇ ਹਨ ਬੀਇੰਗ ਐਜ਼ ਟੀਚਰ ਮੈਂ ਇਹ ਕੋਸ਼ਿਸ਼ ਕਰਦਾ ਕਿ ਜਦੋਂ ਵੀ ਮੇਰੇ ਸਟੂਡੈਂਟ ਲਾਗਵੇਂ ਸੌਰੀ ਪੂਰਕ ਕੋਣਾਂ ਦਾ ਜ਼ਿਕਰ ਕਰਨ ਤਾਂ ਉਹਨਾਂ ਨੂੰ ਜੋ ਹੈ ਹਰੇਕ ਤਰ੍ਹਾਂ ਦਾ ਸਵਾਲ ਜਿਹੜਾ ਪੂਰਕ ਕੋਣਾਂ ਦੇ ਨਾਲ ਜੁੜਿਆ ਹੋਵੇ ਉਹ ਆਉਂਦਾ ਹੋਵੇ ਆਓ ਵਿਦਿਆਰਥੀਓ ਡਿਸਕਸ ਕਰਦੇ ਹਾਂ ਇਸ ਤੋਂ ਅਗਲੇ ਸਵਾਲ ਜਿਹੜੇ ਹਨ ਸਵਾਲ ਅਗਲੇ ਸਵਾਲ ਦੇ ਵਿੱਚ ਅਸੀਂ ਵਿਦਿਆਰਥੀਓ ਛੋਟੀ ਜਿਹੀ ਰਕਮ ਪਾਵਾਂਗੇ ਅਸੀਂ ਲੇਕਿਨ ਉਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਣਾ ਪਾਵਾਂਗੇ ਸਵਾਲ ਸ਼ਬਦਾਂ ਦੇ ਵਿੱਚ ਜਿਹੜਾ ਸਵਾਲ ਹੈ ਉਹ ਕੀ ਬਣੇਗਾ ਜੇਕਰ ਜੇਕਰ ਦੋ ਪੂਰਕ ਕੋਣ ਬਰਾਬਰ ਹੋਣ ਤਾਂ ਉਹਨਾਂ ਦਾ ਮਾਪ ਪਤਾ ਕਰੋ ਦੇਖੋ ਸਵਾਲ ਵਿਦਿਆਰਥੀਓ ਨੇ ਪਾਇਆ ਜੇਕਰ ਦੋ ਪੂਰਕ ਕੋਣ ਬਰਾਬਰ ਹੋਣ ਤਾਂ ਉਹਨਾਂ ਦਾ ਮਾਪ ਪਤਾ ਕਰੋ ਦੇਖੋ ਦੋ ਪੂਰਕ ਕੋਣ ਹਨ ਪੂਰਕ ਕੋਣ ਕਿਹੜੇ ਹੁੰਦੇ ਹਨ ਜਿਨ੍ਹਾਂ ਦੋਨਾਂ ਪੂਰਕ ਕੋਣਾਂ ਦਾ ਜੋੜ ਸਾਡੇ ਕੋਲ ਕੀ ਹੁੰਦਾ ਹੈ 90 ਡਿਗਰੀ ਹੁੰਦਾ ਹੈ ਠੀਕ ਹੈ ਜੀ ਹੁਣ ਉਹਨੇ ਇਹ ਕਿਹਾ ਕਿ ਦੋਵੇਂ ਪੂਰਕ ਕੋਣ ਆਪਸ ਦੇ ਵਿੱਚ ਬਰਾਬਰ ਹਨ ਪੂਰਕ ਕੋਣ ਦੋਵੇਂ ਆਪਸ ਦੇ ਵਿੱਚ ਬਰਾਬਰ ਹਨ ਇਸ ਦਾ ਅਰਥ ਮੰਨ ਲਓ ਇਹਦਾ ਉੱਤਰ ਮੈਂ ਕੱਢਣਾ ਚਾਹੁੰਦਾ ਹਾਂ ਇਹਦੇ ਵਿੱਚ ਮੈਂ ਕੀ ਕਰਦਾ ਹਾਂ ਮੰਨ ਲਓ ਪਹਿਲਾ ਕੋਣ ਬਰਾਬਰ ਕੀ ਹੈ x ਮੰਨ ਲਓ ਦੂਜਾ ਕੋਣ ਬਿਲਕੁਲ ਦੂਜਾ ਕੋਣ ਕੀ ਆਏਗਾ x ਹੀ ਆਏਗਾ ਕਿਉਂ ਆਏਗਾ ਕਿਉਂਕਿ ਉਹਨੇ ਕੀ ਕਿਹਾ ਹੈ ਉਹ ਦੋਨੋਂ ਕੋਣ ਆਪਸ ਦੇ ਵਿੱਚ ਕੀ ਹਨ ਬਰਾਬਰ ਹਨ ਜੇ ਪਹਿਲੇ ਨੂੰ x ਮੰਨੇ ਤਾਂ ਦੂਸਰੇ ਨੂੰ ਵੀ x ਹੀ ਮੰਨਣਾ ਪਵੇਗਾ ਠੀਕ ਹੈ ਜੀ ਹੁਣ ਸਾਨੂੰ ਕੀ ਪਤਾ ਹੈ ਵਿਦਿਆਰਥੀਓ x ਜਮਾ x ਦੋਨਾਂ ਕੋਣਾਂ ਦਾ ਜੋੜ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ 90 ਡਿਗਰੀ ਦੇ x ਜਮਾ x ਕਿੰਨਾ ਹੋ ਗਿਆ ਵਿਦਿਆਰਥੀਓ 2x ਬਰਾਬਰ ਕਿਹਦੇ ਆ ਗਿਆ 90 ਦੇ x ਬਰਾਬਰ ਕਿਹਦੇ ਆ ਗਿਆ ਵਿਦਿਆਰਥੀਓ 90/2 45 ਗੁਣੀ 90 x ਬਰਾਬਰ ਕਿੰਨਾ ਆ ਗਿਆ 45 ਡਿਗਰੀ ਇਸ ਤੋਂ ਭਾਵ ਵਿਦਿਆਰਥੀਓ ਇਹ ਹੈ ਕਿ ਦੇਖੋ
ਇਸ ਤੋਂ ਥੋੜੀ ਦੇਰ ਪਹਿਲੋਂ ਅਸੀਂ ਇੱਕ ਚਿੱਤਰ ਵਾਲਾ ਸਵਾਲ ਕੀਤਾ ਸੀ ਉਹਦੇ ਵਿੱਚ ਵੀ ਮੈਂ ਇਹ ਕਿਹਾ ਸੀਗਾ ਕਿ ਜੇਕਰ ਇੱਕ ਕੋਲ 45 ਹੈ ਤਾਂ ਦੂਸਰਾ ਕੋਣ ਪਤਾ ਕਰੋ ਦੂਸਰਾ ਕੋਣ ਵੀ ਕਿੰਨਾ ਨਿਕਲਿਆ ਸੀ 45 ਨਿਕਲਿਆ ਸੀ ਵੈਸੇ ਤਾਂ ਇਸ ਸਵਾਲ ਦਾ ਮੂੰਹ ਜੋ ਨਹੀਂ ਜਵਾਬ ਉਸ ਸਵਾਲ ਨੂੰ ਦੇਖ ਕੇ ਉਦੋਂ ਹੀ ਪਤਾ ਲੱਗ ਜਾਂਦਾ ਕਿ ਜੇ ਦੋ ਕੋਣ ਬਰਾਬਰ ਹੋਣ ਤਾਂ ਉਹ ਪੂਰਕ ਵੀ ਹਨ ਤੇ ਇਹਦਾ ਅਰਥ ਇਹ ਹੋਇਆ ਕਿ ਉਹਨਾਂ ਦਾ ਮਾਪ ਕੀ ਹੋਏਗਾ 45-45 ਡਿਗਰੀ ਹੋਏਗਾ ਠੀਕ ਹੈ ਜੀ ਲੇਕਿਨ ਸਵਾਲ ਨੂੰ ਘੁਮਾ ਕੇ ਪੁੱਛਣ ਦਾ ਢੰਗ ਕੀ ਹੈ ਕਿ ਜੇਕਰ ਦੋ ਪੂਰਕ ਕੋਣ ਬਰਾਬਰ ਹੋਣ ਤਾਂ ਉਹਨਾਂ ਦਾ ਮਾਪ ਪਤਾ ਕਰੋ ਮੈਂ ਕੀ ਕੀਤਾ ਪਹਿਲੇ ਕੋਣ ਨੂੰ ਵੀ ਐਕਸ ਮੰਨ ਲਿਆ ਮੈਂ ਦੂਸਰੇ ਕੋਣ ਨੂੰ ਵੀ ਐਕਸ ਮੰਨ ਲਿਆ ਫਿਰ ਮੈਂ ਕੀ ਕੀਤਾ ਐਕਸ ਜਮਾ ਐਕਸ ਬਰਾਬਰ ਕੀ ਕਰ ਦਿੱਤੇ 90 ਡਿਗਰੀ ਕਰ ਦਿੱਤੇ ਦੋ ਐਕਸ ਐਕਸ ਜਮਾ ਐਕਸ ਐਕਸ ਕਿੰਨੇ ਨੇ ਦੋ ਨੇ ਇਸ ਤੋਂ ਭਾਵ ਇਹ ਹੋਇਆ ਕਿ ਦੋ ਐਕਸ ਬਰਾਬਰ 90 ਹੋ ਗਿਆ ਤੇ ਐਕਸ ਬਰਾਬਰ 90 ਵਟਾ ਦੋ ਇੱਧਰ ਗੁਣਾ ਹੁੰਦਾ ਵੈਸੇ ਵਟਾ ਹੋ ਗਿਆ 45 ਦੂਣੀ 90 ਤਾਂ ਐਕਸ ਬਰਾਬਰ ਕਿੰਨਾ ਆ ਗਿਆ ਵਿਦਿਆਰਥੀਓ ਸਾਡੇ ਕੋਲ 45 ਡਿਗਰੀ ਸੋ ਇਹ ਵਿਦਿਆਰਥੀਓ ਸਵਾਲ ਹੈ ਮੇਰੇ ਖਿਆਲ ਨਾਲ ਇਦਾਂ ਦੇ ਸਵਾਲ ਜਿਹੜੇ ਛੋਟੇ ਛੋਟੇ ਸਵਾਲ ਹਨ ਜਿਹੜੇ ਸਾਡੇ ਦਿਮਾਗ ਦੇ ਵਿੱਚ ਕਿਸੇ ਵੀ ਕੰਸੈਪਟ ਨੂੰ ਜਿਹੜਾ ਹੈਗਾ ਉਹ ਕੰਪਲੀਟ ਕਰਦੇ ਨੇ ਉਹਨੂੰ ਚੰਗੀ ਤਰ੍ਹਾਂ ਬਿਠਾ ਦਿੰਦੇ ਹਨ ਠੀਕ ਹੈ ਜੀ ਆਓ ਵਿਦਿਆਰਥੀਓ ਇੱਕ ਅੱਧਾ ਸਵਾਲ ਹੋਰ ਇਸ ਤਰੀਕੇ ਦਾ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਪਣੇ ਨੈਕਸਟ ਜਿਹੜਾ ਹੈ ਕੋਣ ਦੇ ਵੱਲ ਚੱਲਾਂ ਅਗਲਾ ਸਵਾਲ ਹੈ ਵਿਦਿਆਰਥੀਓ ਬੜਾ ਦੇਖੋ ਮੇਰੇ ਸਿਰਫ ਸਟੇਟਮੈਂਟ ਦੇ ਨਾਲ ਪਾਉਣ ਦਾ ਅਰਥ ਇਹ ਹੈ ਕਿ ਜ਼ਰੂਰੀ ਨਹੀਂ ਕਿ ਹਰ ਵਾਰ ਤੁਹਾਨੂੰ ਚਿੱਤਰ ਬਣਿਆ ਹੋਵੇਗਾ ਠੀਕ ਹੈ ਜੀ ਕਈ ਵਾਰੀ ਜੋ ਹੈ ਉਹ ਚਿੱਤਰ ਦੀ ਬਜਾਏ ਜੋ ਹੈ ਸਵਾਲ ਵੀ ਲਿਖਿਆ ਹੋ ਸਕਦਾ ਹੈ ਠੀਕ ਹੈ ਜੀ ਮੰਨ ਲਓ ਉਹ ਕਹਿ ਰਿਹਾ ਦੋ ਪੂਰਕ ਕੋਣਾਂ ਵਿੱਚੋਂ ਇੱਕ ਕੋਣ 30 ਡਿਗਰੀ ਹੈ ਦੂਸਰਾ ਕੋਣ ਪਤਾ ਕਰੋ ਦੇਖੋ ਦੋ ਪੂਰਕ ਕੋਣ ਹਨ ਉਹਨਾਂ ਵਿੱਚੋਂ ਇੱਕ ਕੋਣ 30 ਡਿਗਰੀ ਹੈ ਤਾਂ ਦੂਸਰਾ ਕੋਣ ਜਿਹੜਾ ਹੈ ਅਸੀਂ ਉਹ ਪਤਾ ਕਰਨਾ ਹੈ ਸਵਾਲ ਤਾਂ ਫਿਰ ਉਹੀ ਆ ਗਿਆ ਦੇਖੋ ਚਿੱਤਰ ਦੇ ਵਿੱਚ ਮੈਂ 30 ਬਣਾਉਂਦਾ ਤੇ ਤੁਸੀਂ ਉਹਦਾ ਦੂਸਰਾ ਕੋਣ ਪਤਾ ਕਰਨਾ ਸੀ ਇਹਦੇ ਵਿੱਚ ਉਹਨੇ ਸ਼ਬਦਾਂ ਦੇ ਵਿੱਚ ਦਿੱਤਾ ਸੀ ਦੋ ਪੂਰਕ ਕੋਣਾਂ ਵਿੱਚੋਂ ਇੱਕ ਕੋਣ 30 ਡਿਗਰੀ ਹੈ ਤਾਂ ਦੂਸਰਾ ਕੋਣ ਪਤਾ ਕਰੋ ਮੰਨ ਲਓ ਦੂਸਰਾ ਕੋਣ ਜਿਹੜਾ ਹੈ ਇਹਦੇ ਵਿੱਚ ਅਸੀਂ ਕੀ ਕਰਾਂਗੇ ਮੰਨ ਲਓ ਦੂਸਰਾ ਕੋਣ ਪਹਿਲਾਂ ਤਾਂ ਉਹਨੇ ਦਿੱਤਾ ਹੋਇਆ ਦੂਸਰਾ ਕੋਣ ਬਰਾਬਰ ਐਕਸ ਹੈ ਠੀਕ ਹੈ ਜੀ ਐਕਸ ਡਿਗਰੀ ਹੈ ਹੁਣ ਆਪਾਂ ਨੂੰ ਕੀ ਪਤਾ ਹੈ ਜੀ ਐਕਸ ਜਮਾ ਕਿੰਨਾ ਦਿੱਤਾ ਜੀ 30 ਬਰਾਬਰ ਕਹਿੰਦੇ ਆਣਾ ਜਿਹੜੇ ਵਿਦਿਆਰਥੀਓ 90 ਦੇ ਕਿਉਂਕਿ ਦੋ ਪੂਰਕ ਕੋਣਾਂ ਦਾ ਜੋੜ ਕਿਹਦੇ ਬਰਾਬਰ ਹੁੰਦਾ 90 ਦੇ ਬਰਾਬਰ ਹੁੰਦਾ ਹੈ ਤਾਂ ਇਸ ਤੋਂ ਭਾਵ ਐਕਸ ਬਰਾਬਰ ਆ ਗਿਆ ਸਾਡੇ ਕੋਲ ਵਿਦਿਆਰਥੀਓ 90 ਘਟਾਓ 30 ਤੇ ਐਕਸ ਬਰਾਬਰ ਆ ਗਿਆ ਸਾਡੇ ਕੋਲ 60 ਡਿਗਰੀ ਇਹ ਵਿਦਿਆਰਥੀਓ ਸਾਡੇ ਕੋਲ ਪ੍ਰਸ਼ਨ ਆ ਗਿਆ ਸੋ ਮੇਰੇ ਕਹਿਣ ਦਾ ਭਾਵ ਸਿਰਫ ਇਹ ਪ੍ਰਸ਼ਨ ਨੂੰ ਕਰਵਾਉਣ ਦਾ ਭਾਵ ਇਹ ਸੀ ਦੇਖੋ ਇੱਦਾਂ ਦਾ ਸੇਮ ਸਵਾਲ ਆਪਾਂ ਪਿੱਛੇ ਕੀਤਾ ਲੇਕਿਨ ਇਹਦੇ ਵਿੱਚ ਜੋ ਹੈ ਉਹ ਸਾਨੂੰ ਸਟੇਟਮੈਂਟ ਦਿੱਤੀ ਹੈ ਪਹਿਲੇ ਵਾਲੇ ਦੇ ਵਿੱਚ ਸਾਨੂੰ ਚਿੱਤਰ ਦਿੱਤਾ ਹੋਇਆ ਸੀ ਠੀਕ ਹੈ ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਸਮਝਿਆ ਹੋਵੇਗਾ ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਕਨਸੈਪਟ ਦੇ ਵੱਲ ਤੇ ਅਗਲਾ ਕਨਸੈਪਟ ਜਿਹੜਾ ਹੈ ਜਿਵੇਂ ਅਸੀਂ ਇੱਥੇ ਕੋਣਾਂ ਦੀ ਗੱਲ ਕੀਤੀ ਹੈ ਠੀਕ ਹੈ ਵਿਦਿਆਰਥੀਓ ਉਸੇ ਤਰੀਕੇ ਦੇ ਨਾਲ ਕੋਣਾਂ ਦੇ ਵਿੱਚ ਅਸੀਂ ਦੋ ਕੋਣਾਂ ਦੇ ਜੋੜਾਂ ਦੀ ਗੱਲ ਕੀਤੀ ਹੈ ਤੇ ਉਹ ਸਾਡੇ ਕੋਲ ਕੀ ਆਏ ਸਨ 90 ਡਿਗਰੀ ਹੁਣ ਅਸੀਂ ਕੀ ਕਰਦੇ ਹਾਂ ਵਿਦਿਆਰਥੀਓ ਸਾਡੇ ਕੋਲ ਜੋ ਹੈ ਸੰਪੂਰਕ ਕੋਣ ਆਉਂਦੇ ਹਨ ਸੰਪੂਰਕ ਕੋਣ ਕਿਹੜੇ ਹੁੰਦੇ ਹਨ ਵਿਦਿਆਰਥੀਓ ਕੋਈ ਵੀ ਦੋ ਕੋਣ ਹੋਣ ਜਿਨ੍ਹਾਂ ਦੋ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਉਹਨਾਂ ਦੋ ਕੋਣਾਂ ਨੂੰ ਅਸੀਂ ਕੀ ਬੋਲਦੇ ਹਾਂ ਸੰਪੂਰਕ ਕੋਣ ਬੋਲਦੇ ਹਾਂ ਭਾਵ ਮੰਨ ਲਓ ਇਹਦੇ ਵਿੱਚ ਆਪਣੇ ਕੋਲ ਪਹਿਲਾ ਕੋਣ ਹੈ 100 ਡਿਗਰੀ ਦੂਸਰਾ ਹੈ 80 ਡਿਗਰੀ ਤਾਂ ਇਹਨਾਂ ਦੋ ਕੋਣਾਂ ਨੂੰ ਜਾਂਚਦੇ ਹਾਂ ਕਿ ਇਹ ਸੰਪੂਰਕ ਕੋਣ ਹਨ ਤਾਂ ਮੈਂ ਕੀ ਕਰਾਂਗਾ 100 ਜਮਾ 80 ਬਰਾਬਰ 180 ਡਿਗਰੀ ਭਾਵ ਇਹ ਜਿਹੜਾ ਜੋੜਾ ਹੈ 100 ਤੇ 80 ਦਾ ਇਹ ਕੀ ਹੈ ਸੰਪੂਰਕ ਕੋਣਾਂ ਦਾ ਜੋੜਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕੋਣ ਨੂੰ ਹੋਰ ਜਾਂਚੀਏ 110 ਤੇ 60 ਨੂੰ ਜਾਂਚਦੇ ਹਾਂ ਠੀਕ ਹੈ ਜੀ ਅਸੀਂ ਕਰਦੇ ਹਾਂ 110 ਜਮਾ 60 ਬਰਾਬਰ ਆਇਆ 170 ਇਹ 180 ਦੇ ਬਰਾਬਰ ਨਹੀਂ ਹੈ ਇਸ ਦਾ ਅਰਥ ਇਹ ਹੋਇਆ ਕਿ 110 ਤੇ 60 ਜਿਹੜੇ ਹਨ ਉਹ ਸੰਪੂਰਕ ਕੋਣ ਸਾਡੇ ਕੋਲ ਨਹੀਂ ਹਨ ਠੀਕ ਹੈ ਵਿਦਿਆਰਥੀ ਆਓ ਵਿਦਿਆਰਥੀਓ ਇਸ ਦੇ ਇੱਕ ਇਹ ਇਹਦਾ ਬੇਸਿਕ ਹੈ ਦੇਖੋ ਇਸ ਨੂੰ ਮੈਂ ਥੋੜਾ ਜਿਹਾ ਤੇਜ਼ ਇਸ ਕਰਕੇ ਚੱਲ ਰਿਹਾ ਹਾਂ ਕਿਉਂਕਿ ਪੂਰਕ ਕੋਣ ਤੇ ਸੰਪੂਰਕ ਕੋਣ ਦੇ ਵਿੱਚ ਸਿਰਫ 90 ਤੇ 180 ਦਾ ਫਰਕ ਹੈ ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਪੂਰਕ ਕੋਣ ਹੁੰਦਾ ਹੈ ਸੇਮ ਉਸੇ ਤਰਜ਼ ਦੇ ਵਿੱਚ ਜੇਕਰ ਦੋ ਕੋਣਾਂ ਦਾ ਜੋੜ 180 ਡਿਗਰੀ ਦੇ ਬਰਾਬਰ ਆਉਂਦਾ ਹੈ ਤਾਂ ਉਹ ਦੋ ਕੋਣ ਆਪਸ ਦੇ ਵਿੱਚ ਕੀ ਕਹਾਉਂਦੇ ਹਨ ਸੰਪੂਰਕ ਕੋਣ ਕਹਾਉਂਦੇ ਹਨ ਆਓ ਵਿਦਿਆਰਥੀਓ ਇੱਕ ਇਸ ਦੇ ਨਾਲ ਜਿਵੇਂ ਪੂਰਕ ਕੋਣਾਂ ਦੀ ਇੱਕ ਐਕਟੀਵਿਟੀ ਕੀਤੀ ਸੀ ਇਹਦੇ ਵਿੱਚ ਵੀ ਆਪਾਂ ਸੰਪੂਰਕ ਕੋਣਾਂ ਦੀ ਜਿਹੜੀ ਹੈਗੀ ਉਹ ਇੱਕ ਐਕਟੀਵਿਟੀ ਕਰਦੇ ਹਾਂ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਇੱਥੇ ਕੁਝ ਕੋਣ ਲਿਖਦੇ ਹਾਂ ਪਹਿਲਾ ਕੋਣ ਹੈ 80 20 40 100 160 140 90 95 95 85 ਠੀਕ ਹੈ
आप 10 कौन विद्यार्थियों में ले ले या मैं गलती कर देना था डिग्री डिग्री दे चले सारे कौन ठीक है जी 85 डिग्री 90 डिग्री 90 डिग्री चल ये 10 कौन लेना इना 10 कौना दे विचों मैं उना जोड़ियां दी पहचान करनी है जेडे की संपूरक कौना दे जोड़े हैं ठीक है जी आओ विद्यार्थियों देखते हैं सब तो पहले आने हैं आपां 80 डिग्री जी 80 डिग्री दे नाल तुसी ये देखो 80 दे विच आपां साइड दे देख करके देखदे 80 दे विच 20 जमा करो 100 आंदा नहीं गल बनदी 80 दे विच 40 जमा करो देखो 80 दे विच 40 जमा करो किन्ना आंदा 120 ए भी गल नहीं बनेगी 80 दे विच 100 जमा करो 80 दे विच 100 जमा करो किन्ना बन गया 180 डिग्री आ गल बन गई साडी इहदा मतलब 80 दा नाल की आ गया 100 डिग्री आ गया ए पहला जोड़ा जिहड़ा है विद्यार्थियों साडे कोल तैयार हो गया पहले जोड़े दे विच की है विद्यार्थियों 80 दे नाल 100 डिग्री जिहड़ा है साडे कोल मिल गया पहला जोड़ा दूसरे जोड़े दे विच देखते हैं देखो 80 हो गया 100 हो गया और तो बाद देखते हैं 20 डिग्री 20 दे विच 40 जोड़िए तां 60 आंदा ओदी गल नहीं बनी 20 दे विच 160 जोड़ के देखो 20 डिग्री दे विच 160 जोड़ो तो साडे कोल की आ गया 180 डिग्री इसका अर्थ है 20 दे नाल किहड़ा बन गया 160 डिग्री आ दोवें दा जोड़ा जिहड़ा हैगा ए दोवें की हो गए ने संपूरक कोणां दा जोड़ा हैगा ठीक है विद्यार्थियों चलो ए भी हो गया विद्यार्थियों 20 दे नाल 160 और तो बाद आने हां जी 40 डिग्री 40 डिग्री दे नाल देखते हां आ देखो 140 डिग्री देखो 40 ते 40 80 यानी कि 180 डिग्री दा जोड़ा बन उस तो बाद आ विद्यार्थियों 90 डिग्री ते 90 डिग्री दोवें 90 डिग्रियां नूं जोड़ लो 90 90 9 2 18 180 डिग्री ठीक है ਤੁਸੀਂ ਚਾਹੋ ਤਾਂ ਜਾਣ ਸਕਦੇ ਹੋ ਉੱਥੇ 90 ਨੂੰ 90 ਦੇ ਵਿੱਚ ਜੋੜੋ 9 2 18 180 ਡਿਗਰੀ ਆ ਦੇਖੋ ਇਹ ਤਾਂ ਮੇਰਾ ਇਹ ਵੀ ਬਣ ਗਿਆ ਉਸ ਤੋਂ ਬਾਅਦ ਨੈਕਸਟ ਚੈੱਕ ਕਰਨਾ ਤੁਸੀਂ 95 ਡਿਗਰੀ ਤੇ 85 ਡਿਗਰੀ 5 5 10 9 2 18 180 ਇਹਦਾ ਮਤਲਬ 95 ਕੋਮਾ 85 ਜਿਹੜਾ ਹੈਗਾ ਆ ਉਹ ਵੀ ਸਾਡੇ ਕੋਲ ਕੀ ਬਣ ਗਿਆ ਇੱਕ ਜੋੜਾ ਤਿਆਰ ਹੋ ਗਿਆ ਕਿਸ ਦਾ ਜੋੜਾ ਸੰਪੂਰਕ ਗੁਣ ਸੋ ਇਸ ਤੋਂ ਭਾਵ ਦੇਖੋ ਇਸੇ ਸਵਾਲ ਨੂੰ ਪੁੱਛਣ ਦਾ ਦੂਸਰਾ ਢੰਗ ਕੀ ਹੋ ਸਕਦਾ ਹੈ ਠੀਕ ਹੈ ਜੀ ਪਹਿਲਾ ਢੰਗ ਤਾਂ ਮੈਂ ਤੁਹਾਨੂੰ ਦੱਸਤਾ ਇਸ ਸਵਾਲ ਨੂੰ ਪੁੱਛਣ ਦਾ ਦੂਸਰਾ ਢੰਗ ਇਹ ਹੈ 80 ਡਿਗਰੀ ਦਾ ਸੰਪੂਰਕ ਕੋਣ ਕੀ ਹੈ 100 ਡਿਗਰੀ 100 ਡਿਗਰੀ ਦਾ ਸੰਪੂਰਕ ਕੋਣ ਕੀ ਹੈ 80 ਡਿਗਰੀ 20 ਡਿਗਰੀ ਦਾ ਸੰਪੂਰਕ ਕੋਣ ਕੀ ਹੈ 160 ਡਿਗਰੀ 160 ਡਿਗਰੀ ਦਾ ਸੰਪੂਰਕ ਕੋਣ ਕੀ ਹੈ 20 ਡਿਗਰੀ 40 ਦਾ ਸੰਪੂਰਕ ਕੋਣ ਕੀ ਹੈ 140 ਡਿਗਰੀ 140 ਦਾ ਸੰਪੂਰਕ ਕੋਣ ਕੀ ਹੈ 40 ਡਿਗਰੀ ਇਸੇ ਤਰੀਕੇ ਦਾ 90 ਦਾ ਸੰਪੂਰਕ ਕੋਣ 90 95 ਦਾ ਸੰਪੂਰਕ ਕੋਣ 85 ਅਤੇ 85 ਦਾ ਸੰਪੂਰਕ ਕੋਣ ਜਿਹੜਾ ਹੈ ਉਹ 95 ਹੋਵੇਗਾ ਸੋ ਵਿਦਿਆਰਥੀਓ ਸਵਾਲ ਨੂੰ ਸਿਰਫ ਸਮਝਣ ਦੀ ਦੇਰ ਹੈ ਤੁਸੀਂ ਹੁਣ ਦੇਖਿਆ ਹੋਵੇਗਾ ਜਿਵੇਂ ਅਸੀਂ ਐਕਟੀਵਿਟੀ ਪੂਰਕ ਕੋਣ ਦੇ ਵਿੱਚ ਕੇਸ ਦੇ ਵਿੱਚ ਕੀਤੀ ਸੀ ਉਸੇ ਤਰੀਕੇ ਦੀ ਐਕਟੀਵਿਟੀ ਜਿਹੜੀ ਹੈਗੀ ਆ ਅਸੀਂ ਇੱਥੇ ਕੀ ਕੀਤੀ ਆ ਸੰਪੂਰਕ ਇਹ ਸਾਰੇ ਜੋੜੇ ਜਿਹੜੇ ਹੈਗੇ ਨੇ ਇਹ ਸਾਰੇ ਜੋੜੇ ਇਹ ਕੀ ਕਹਾਉਂਦੇ ਹਨ ਸਾਡੇ ਕੋਲ ਇਹ ਸੰਪੂਰਕ ਕੋਣ ਇਹ ਸਾਰੇ ਕੀ ਹਨ ਸਾਡੇ ਕੋਲ ਸੰਪੂਰਕ ਕੋਣ ਹਨ ਤੇ ਕਿਉਂ ਹਨ ਸੰਪੂਰਕ ਕੋਣ ਕਿਉਂਕਿ ਇਹਨਾਂ ਦਾ ਜੋੜ ਜੋੜਿਆਂ ਦਾ ਜੋੜ ਜਿਹੜਾ ਹੈਗਾ ਕੋਣਾਂ ਦਾ ਜੋੜ ਕਿਹਦੇ ਬਰਾਬਰ ਆਉਂਦਾ ਹੈ 180 ਡਿਗਰੀ ਦੇ ਬਰਾਬਰ ਆਉਂਦਾ ਹੈ ਠੀਕ ਹੈ ਚਲੋ ਆਓ ਵਿਦਿਆਰਥੀਓ ਇਹ ਹੁਣ ਸਾਡੇ ਕੋਲ ਇੱਕ ਪਛਾਣ ਹੋ ਗਈ ਹੈ ਕੋਣਾਂ ਦੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਿਵੇਂ ਅਸੀਂ ਪੂਰਕ ਕੋਣਾਂ ਦੇ ਵਿੱਚ ਸਹੀ ਤੇ ਗਲਤ ਕੀਤੇ ਸੀਗੇ ਠੀਕ ਹੈ ਵਿਦਿਆਰਥੀ ਕਿਤੇ ਸੀਗੇ ਸਹੀ ਤੇ ਗਲਤ ਉਹੀ ਚੀਜ਼ ਨੂੰ ਅਸੀਂ ਜੋ ਹੈ ਉਹ ਸੰਪੂਰਕ ਕੋਣਾਂ ਦੇ ਵਿੱਚ ਕਰਕੇ ਦੇਖਦੇ ਹਾਂ ਸਹੀ ਤੇ ਗਲਤ ਸਭ ਤੋਂ ਪਹਿਲੇ ਦੇ ਵਿੱਚ ਅਸੀਂ ਕੀ ਕਰਦੇ ਹਾਂ ਵਿਦਿਆਰਥੀਓ ਇਹਦੇ ਵਿੱਚ ਅਸੀਂ ਕਰਾਂਗੇ ਦੋ ਨਿਊਨ ਕੋਣ ਸੰਪੂਰਕ ਕੋਣ ਹੋ ਸਕਦੇ ਹਨ ਪਹਿਲਾ ਆ ਦੂਸਰਾ ਹੈ ਵਿਦਿਆਰਥੀਓ ਦੋ ਅਧਿਕ ਕੋਣ ਸੰਪੂਰਕ ਕੋਣ ਹੋ ਸਕਦੇ ਹਨ ਇਹ ਹੋ ਗਿਆ ਵਿਦਿਆਰਥੀਓ ਦੂਸਰਾ ਤੀਸਰਾ ਹੋ ਗਿਆ ਵਿਦਿਆਰਥੀਓ ਸਾਡੇ ਕੋਲ ਇੱਕ ਨਿਊਨ ਕੋਣ ਅਤੇ ਇੱਕ ਅਧਿਕ ਕੋਣ ਸੰਪੂਰਕ ਹੋ ਸਕਦੇ ਹਨ ਠੀਕ ਹੈ ਵਿਦਿਆਰਥੀਓ ਇਹ ਤਿੰਨ ਚੀਜ਼ਾਂ ਆ ਗਈਆਂ ਉਸ ਤੋਂ ਬਾਅਦ ਆਪਾਂ ਚੌਥੀ ਚੀਜ਼ ਲਿਖਦੇ ਹਨ ਦੋ ਸਮਕੋਣ ਸੰਪੂਰਕ ਕੋਣ ਹੋ ਸਕਦੇ ਹਨ ਠੀਕ ਹੈ ਆਪਾਂ ਇਹ ਚਾਰ ਕੇਸ ਡਿਸਕਸ ਕਰਕੇ ਦੇਖਦੇ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਜੇ ਤੁਹਾਡਾ ਦਿਲ ਕਰੇ ਤਾਂ ਆਪਾਂ ਹੋਰ ਵੀ ਮਤਲਬ ਦੇਖ ਲਾਂਗੇ ਗੱਲ ਕਰਦੇ ਸਟਾਰਟਿੰਗ ਆਪਾਂ ਕਰਦੇ ਹਾਂ ਇਹਨਾਂ ਚਾਰ ਕੇਸਿਸ ਦੇ ਵਿੱਚ ਪਹਿਲਾ ਕੇਸ ਆਉਂਦਾ ਹੈ ਵਿਦਿਆਰਥੀਓ
दो न्यून कोण संपूरक कोण हो सकते हैं। ठीक है, सोच के देखो, दो कोण का जोड़ कितना चाहिए है 180 डिग्री। ठीक है जी, असी वड्डे तो वड्डा न्यून कोण लेते हैं। देखो पूर्ण संख्या के विच जेकर वड्डे तो वड्डा न्यून कोण लीए तो वह कितना होता है 89। ठीक है जी, 89 होता है ना। ठीक है जी, दूसरा वड्डे तो वड्डा न्यून कोण कितना हो गया, वह भी 89 ले लेंगे। मैं यह मान लेना कि यह दो सब तो वड्डे न्यून कोण हैं। मैं पूर्ण संख्या के विच गल कर रहा, यह दो सब तो वड्डे न्यून कोण हैं। इन्हां दोनों का जोड़ करके देख लो जी कितना बनता है, 9 × 2 = 18 हासिल किया है, 8 × 16 = 17 178 डिग्री। इसका मतलब यह 180 डिग्री के बराबर नहीं आ रहा है। इसका अर्थ होया कि जेकर दो वड्डे तो वड्डे न्यून कोणा का जोड़ 180 नहीं आ रहा तो उत्तो छोटे तो देखने की लोड़ ही नहीं है, वह कितों मिलेगा 180 डिग्री। ठीक है जी, सो इसका भाव यह है कि दो न्यून कोण जड़े है वह संपूर्ण कोण नहीं हो सकते। इसका जवाब गलत आएगा, यह नहीं आ, इसका जवाब नहीं आएगा, यह नहीं हो सकते। उस तो भाव क्या नैक्सट है साढ़े को, दो अधिक कोण संपूरक कोण हो सकते हैं। ये भी अभी जांच लें विद्यार्थियों, अधिक कोण दो लैके चलते हैं। ठीक है जी, पहला अधिक कोण वे तो वाला देखो 90 डिग्री तो वाला वाला अधिक कोण का आप 91 ले लिया, दूसरा भी 91 ले लिया। देखो न्यून कोण की जो मैं गल की थी क्योंकि न्यून कोण 90 डिग्री तो छोटे होंगे। ठीक है जी, इस करके मैं वे तो वाला न्यून कोण लिया। ठीक है जी, अधिक कोण तो 179 तक भी जो सरल कोण अधिक कोण नहीं काउंट करना तो 179 यानी कि 179 तक भी जो है वह साढ़े को अधिक कोण है। ठीक है जी, मतलब दूसरा अधिक कोण ऐड हो ही नहीं सकता। मैं की करता, मैं वे तो छोटे दो अधिक कोण ले रहे 91 डिग्री से 91 डिग्री दोनों ऐड करके देखो कि बनता एक दे एक दो भी 180 के बराबर नहीं है, 180 तो वड्डा हो जाता है। ठीक है जी, देखो कहते हैं जो दो छोटे तो छोटे अधिक कोण ले मैं, ठीक है जी, उन्होंने जोड़ भी 180 तो वड्डा हो गया तो जो इन्हों तो वड्डा लूंगा वह तो 180 तो डेफिनेटली वड्डे होंगे। ठीक है जी, इसका मतलब यह होया कि दो अधिक कोण भी संपूरक कोण नहीं हो सकते। दूसरे सवाल का जवाब भी साढ़े को आएगा, नहीं आएगा। ठीक है विद्यार्थियों, तीसरा आने आप, एक न्यून कोण एक अधिक कोण संपूरक हो सकते हैं। ठीक है जी, एक न्यून कोण एक अधिक कोण, चलो इन भी आप जांच लेंगे। आप करते हैं एक न्यून कोण ले लिया मैं 60 डिग्री का, दूसरा अधिक कोण ले लिया मैं 120 डिग्री का, दोनों को जोड़ करके देखो 60 देखो आ न्यून कोण है यह अधिक कोण है, दोनों जोड़ किया कितना बन गया 180 डिग्री। इसका मतलब जो भी एक अधिक कोण से एक न्यून कोण से एक अधिक कोण लिया जाएगा तो उन्होंने जोड़ 180 के बराबर आ रहा है। इस तो भाव यह है कि यह हो सकते हैं, यदा मतलब है यह की है हां है इसका जवाब। ठीक है, एक न्यून कोण एक अधिक कोण संपूरक कोण हो सकते हैं। दूसरा प्रश्न है दो समकोण संपूरक कोण हो सकते हैं। देखो दो समकोण यानी कि पहला भी 90 डिग्री दूसरा भी 90 डिग्री बराबर कह दिया गया विद्यार्थियों 180 डिग्री यह भी आ गया। यदा मतलब यह भी जोड़ा है साढ़े को जवाब हां दे विच आएगा कि दो समकोण जोड़े हैं वह भी की हो सकते हैं संपूरक कोण हो सकते हैं। एक न्यून कोण एक अधिक कोण जोड़े है वह भी संपूरक कोण जोड़े है हो सकते हैं। सो विद्यार्थियों जी स्टेटमेंट है हां या गलत हां या ना वाले या सही या गलत वाले है इन्हों बड़े ध्यान तद ही समझ सकते हो कर सकते हो जेकर तुसी पूर्ण कोण पूरक कोण जो संपूरक कोण है उन्होंने डेफिनेशन उन्होंने कंसैप्ट बड़ी चंगी तरीके समझिया होगा। ठीक है जी, जेकर तुसी समझिया देखो असं वैसे ही हम आप गल करके दो न्यून कोण संपूरक कोण नहीं हो सकते। ठीक है, आप वे तो वे न्यून कोण भी लैके देख ले दो अधिक कोण संपूरक कोण नहीं हो सकते, आप छोटे तो छोटे दो अधिक कोण लेके देखे नहीं बनेगा। एक न्यून कोण एक अधिक कोण जो है संपूरक हो सकते हैं, तो दूसरा है दो समकोण जो है वह संपूरक कोण हो सकते हैं। देखो विद्यार्थी जो तीन नंबर है ना, तीन नंबर है यह है असल जिमें पूरक कोणों की गल की ना मैं जेडे दो पूरक कोण कदों हो सकते हैं जेकर दोवें कोण की होंगे न्यून कोण हो गए उसे तरीके दे नाल दो कोण जेडे संपूरक कोण उदों हो सकते हैं जेकर उन्होंने एक कोण न्यून कोण हो ते एक कोण अधिक कोण हो तद ही जे संपूरक हो सकते हैं नहीं तो नहीं हो सकते। हाँ चौथा जरा चौथा केस है वह थोड़ी एक्सैप्शन है कि दो समकोणा का जोड़ भी पूरक कोण हो सकता है लेकिन यह तो एक ही केस बनता है ना, यह तो केवल एक केस है कि जो 90 × 90 करिए 180 बनेगा। इस केस तो इलावा आ जो तीन नंबर है यही हर जगह जो एप्लीकेबल होगा यही हर जगह लगेगा कि दो कोणा के एक न्यून कोण होना चाहिए एक अधिक कोण होना चाहिए तद ही वह कोण जोड़े हैं वह संपूरक कोण होंगे। इस तो पहले जो मैं हूँ इतने जोड़े तैयार किए थे संपूरक कोणों के तुम वो सारे जोड़े चैक करके देख लो उन्होंने एक न्यून कोण सेगा एक अधिक कोण सेगा बजाय कि 90 90 छड़ के। ठीक है जी, दो समकोणों वाले केस में छड़ के
ਬਾਕੀ ਸਾਰੇ ਜੋੜਿਆਂ ਦੇ ਵਿੱਚ ਇੱਕ ਨਿਊਨ ਕੋਣ ਸੀ ਤੇ ਇੱਕ ਅਧਿਕ ਕੋਣ ਸੀ। ਸੋ ਵਿਦਿਆਰਥੀਓ ਮੈਂ ਉਮੀਦ ਕਰਾਂਗਾ ਕਿ ਬਈ ਤੁਸੀਂ ਇਹ ਚੀਜ਼ ਬਿਲਕੁਲ ਸਮਝੀ ਹੋਵੇਗੀ। ਅੱਛਾ ਇਹ ਨਾ ਸੋਚਣਾ ਕਿ ਮੈਂ ਤੁਹਾਨੂੰ ਇਹਨਾਂ ਦੇ ਹਲੇ ਸਵਾਲ ਨਹੀਂ ਕਰਵਾਏ, ਮੇਰਾ ਜਿਹੜਾ ਅੱਜ ਦੇ ਲੈਕਚਰ ਦਾ ਕੰਮ ਸੀਗਾ ਉਹ ਸੀਗਾ ਤੁਹਾਨੂੰ ਕਨਸੈਪਟ ਦੀ ਕਲੈਰਿਟੀ ਕਰਨਾ। ਅਗਲੇ ਲੈਕਚਰ ਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਪੂਰਕ ਕੋਣ, ਸੰਪੂਰਕ ਕੋਣ, ਲਾਗਵੇ ਕੋਣ, ਕਾਠਨੀਆਂ ਰੇਖਾਵਾਂ ਦੇ ਸਿਖਰ ਸਨਮੁਖ ਕੋਣ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਚਰਚਾ ਵੀ ਕਰਾਂਗੇ ਆਪਾਂ, ਤੇ ਉਸ ਤੋਂ ਨਾਲ ਨਾਲ ਉਹਨਾਂ ਦੇ ਨਾਲ ਰਿਲੇਟਡ ਸਮਸ ਵੀ ਹੋਵਾਂਗੇ, ਤੇ ਐਕਸਰਸਾਈਜ਼ 5.1 ਦੀਆਂ ਐਗਜ਼ਾਮਪਲਸ ਵੀ ਕਰਾਂਗੇ ਤੇ ਉਹ ਐਕਸਰਸਾਈਜ਼ ਵੀ ਆਪਾਂ ਕੰਪਲੀਟ ਕਰਾਂਗੇ। ਸੋ ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਤੁਸੀਂ ਅੱਜ ਦੇ ਇਸ ਲੈਕਚਰ ਨੂੰ ਸਮਝਿਆ ਹੋਵੇਗਾ, ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਇਸ ਨੂੰ ਪੂਰਾ ਸਮਝਿਆ ਹੋਵੇਗਾ, ਤੇ ਕੋਸ਼ਿਸ਼ ਕਰਨਾ ਇਸ ਦੇ ਨਾਲ ਜੁੜੇ ਹੋਏ ਜਿਹੜੇ ਐਕਸਰਸਾਈਜ਼ ਦੇ ਵਿੱਚ ਸਵਾਲ ਹਨ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ। ਧੰਨਵਾਦ।